ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਟਵਾਰੀ ਵਾਲਿਆਂ ਲਈ ਮੈਂ ਇੱਕ ਨਵੀਂ ਸੀਰੀ ਸ਼ੁਰੂ ਕੀਤੀ ਹੈ ਜਿਸ ਦੇ ਵਿੱਚ ਤੁਹਾਨੂੰ ਹਰ ਇੱਕ ਸਬਜੈਕਟ ਦੇ 50-50 ਕੁਐਸਚਨ ਕਰਵਾਏ ਜਾਣਗੇ ਟੋਪਿਕ ਵਾਈਜ਼ ਅੱਜ ਦਾ ਟੋਪਿਕ ਹੈ ਜੀਓਗ੍ਰਾਫੀ ਐਂਡ ਕਲਾਈਮੇਟ ਜੀਕੇ ਦਾ ਹੀ ਪਾਰਟ ਹੈ ਠੀਕ ਹੈ ਇਸ ਦੇ 50 ਕੁਐਸਚਨ ਮੈਂ ਲੈ ਕੇ ਆਇਆ ਹਾਂ ਚਲੋ ਪਾ ਸ਼ੁਰੂ ਕਰਦੇ ਹਾਂ ਵੀਡੀਓ ਨੂੰ ਫਰਸਟ ਕੁਐਸਚਨ ਹੈ ਭਾਰਤ ਦੇ ਕਿਸ ਰਾਜ ਦਾ ਸਭ ਤੋਂ ਛੋਟਾ ਜ਼ਮੀਨੀ ਖੇਤਰ ਹੈ ਪੇਪਰ ਵਿੱਚ ਇਹਨਾਂ ਵਿੱਚੋਂ ਹੀ ਤੁਹਾਨੂੰ ਕੋਈ ਨਾ ਕੋਈ ਕੁਐਸਚਨ ਆ ਜਾਣਾ ਹੈ ਸੋ ਧਿਆਨ ਨਾਲ ਦੇਖਿਓ ਦੋ ਤਿੰਨ ਕੁਐਸਚਨ ਤੁਹਾਨੂੰ ਇਸ ਟੌਪਿਕ ਵਿੱਚੋਂ ਜ਼ਰੂਰ ਆਉਣਗੇ ਪੇਪਰ ਦੇ ਵਿੱਚ ਰਾਈਟ ਆਨਸਰ ਹੈ ਗੋਆ ਆਪਸ਼ਨ ਏ ਕਿਹੜੀ ਨਦੀ ਨੂੰ ਦਾ ਸੋਰੋਫ ਬੰਗਾਲ ਕਿਹਾ ਜਾਂਦਾ ਹੈ ਇਸ ਵੀਡੀਓ ਨੂੰ ਮੌਕ ਟੈਸਟ ਦੀ ਤਰ੍ਹਾਂ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਬਹੁਤ ਹੀ ਘੱਟ ਸਮਾਂ ਹੈ ਪੇਪਰ ਦੇ ਵਿੱਚ ਇਸ ਦਾ ਰਾਈਟ ਆਨਸਰ ਹੈ ਦਮੋਦਰ ਆਪਸ਼ਨ ਬੀ ਨੈਕਸਟ ਕੁਐਸਚਨ ਭਾਰਤ ਦੀ ਕਿਹੜੀ ਝੀਲ ਸਭ ਤੋਂ ਜ਼ਿਆਦਾ ਨਮਕੀਨ ਹੈ ਰਾਈਟ ਆਨਸਰ ਹੈ ਸੰਬਰ ਰਾਜਸਥਾਨ অপਸ਼ਨ A ਭਾਰਤ ਦੇ ਹੇਠ ਦਿੱਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ ਕਿਸ ਦਾ ਆਕਾਰ ਸਭ ਤੋਂ ਵੱਡਾ ਹੈ ਇਸ ਦਾ ਸਹੀ ਆਨਸਰ ਹੋ ਜੇਗਾ ਪੁੰਡੂ ਚੇਰੀ অপਸ਼ਨ A ਨੈਕਸਟ ਕੁਐਸਚਨ ਸਭ ਤੋਂ ਛੋਟਾ ਕੇਂਦਰ ਸ਼ਾਸਿਤ ਪ੍ਰਦੇਸ਼ ਛੇਡ ਲਿਖਿਆ ਵਿੱਚੋਂ ਕਿਹੜਾ ਹੈ ਸਹੀ ਉੱਤਰ ਹੈ ਲક્ષਦੀਪ অপਸ਼ਨ ਏ ਭਾਰਤ ਦੀ ਤੱਟ ਰੇਖਾ ਦੀ ਅਨੁਮਾਨਿਤ ਲੰਬਾਈ ਕਿੰਨੀ ਹੈ ਸਹੀ ਉੱਤਰ ਹੈ 75000 16 ਕਿਲੋਮੀਟਰ ਮਦੂਮਲਾਈ ਸੰਕਚਰੀ ਕਿਸ ਲਈ ਮਸ਼ਹੂਰ ਹੈ ਸਹੀ ਉੱਤਰ ਹੈ ਟਾਈਗਰਜ਼ অপশন এ नेक्स्ट ਕੁਐਸਚਨ ਭਾਰਤ ਵਿੱਚ ਖਣਿਜਾਂ ਨਾਲ ਭਰਪੂਰ ਪਠਾਰ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ ਸਹੀ ਉੱਤਰ ਹੋ ਜਾਏਗਾ ਛੋਟਾ ਨਾਗਪੁਰ ਪਠਾਰ অপশন B ਮਨੀਪੁਰ ਦੀਆਂ ਕਿਹੜੇ ਰਾਜ ਨਾਲ ਸਾਂਝੀਆਂ ਹੱਦਾਂ ਹਨ ਮਨੀਪੁਰ ਦੀ ਬਾਉਂਡਰੀ ਕਿਹੜੇ-ਕਿਹੜੇ ਹੋਰ ਸਟੇਟ ਨਾਲ ਲੱਗਦੀ ਹੈ ਨਾਗਾ لینڈ ਅਸਾਮ ਤੇ ਮਿਜ਼ੋਰਮ ਠੀਕ ਹੈ অপশন ਸੀ রাইট आंसर ਹੋ ਜਾਏਗਾ ਨਾਗਾ لینڈ ਅਸਾਮ ਅਤੇ ਮਿਜ਼ੋਰਮ ਕਿਹੜਾ ਰਾਸ਼ਟਰੀ ਰਾਜਮਾਰਗ ਸ਼ੇਰਸਾ ਸੂਰੀ ਮਾਰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਐਨ ਐਚ 1 অপশন এ রাইট आंसर रिहंद वैली प्रोजेक्ट हेठ लिख्या ਵਿੱਚੋਂ ਕਿਸ ਰਾਜ ਵਿੱਚ ਹੈ ਸਹੀ ਉੱਤਰ ਹੋ ਜਾਏਗਾ ਉੱਤਰ ਪ੍ਰਦੇਸ਼ অপشن ए भारत ਵਿੱਚ ਸ਼ੁਰੂ ਹੋਇਆ ਪਹਿਲਾ ਨਦੀ ਘਾਟੀ ਪ੍ਰੋਜੈਕਟ हेठ लिख्या ਵਿੱਚੋਂ ਕਿਹੜਾ ਹੈ ਰਾਈਟ ਆਨਸਰ ਹੋ ਜਾਏਗਾ ਦਮੋਦਰ ਵੈਲੀ ਪ੍ਰੋਜੈਕਟ অপشن B ਭਾਰਤ ਦੇ ਕਿੰਨੇ ਰਾਜ ਮਿਆਂਮਾਰ ਨਾਲ ਲੱਗਦੇ ਹਨ ਰਾਈਟ ਆਨਸਰ ਹੈ 4 অপਸ਼ਨ ਡੀ ਭਾਰਤ ਦਾ ਸਭ ਤੋਂ ਪੁਰਾਣਾ ਤੇਲ ਖੇਤਰ ਹੇਠ ਲਿਖਿਆਂ ਵਿੱਚੋਂ ਕਿਹੜਾ ਹੈ ਡਿਗਬੋਈ ਅਸਾਮ অপਸ਼ਨ ਸੀ ਸ਼ਬਦ ਰੈਗੂਰ ਕਿਸ ਲਈ ਵਰਤਿਆ ਜਾਂਦਾ ਹੈ सही उत्तर हो जाएगा काली मिट्टी ऑप्शन डी आंडेमान निकोबार केड़ा देश है अंडेमान निकोबार पूरब के पूर्व देश है राइट आंसर हो जाएगा इंडोनेशिया ठीक है अंडेमान निकोबार आइसलैंड दे ਪੂਰਾ ਵਿੱਚ ਇੰਡੋਨੇਸ਼ੀਆ ਹੈ ਨੈਕਸਟ ਕੁਐਸਚਨ ਹੈ ਕਿਹੜਾ ਵਾਟਰ ਬਾਡੀ ਅੰਡੇਮਾਨ ਅਤੇ ਨਿਕੋਬਾਰ ਟਾਪੂ ਨੂੰ ਵੱਖ ਕਰਦਾ ਹੈ ਰਾਈਟ ਆਨਸਰ ਹੈ 10 ਡਿਗਰੀ ਚੈਨਲ অপਸ਼ਨ ਡੀ ਆਕਾਰ ਦੇ ਅਨੁਸਾਰ ਭਾਰਤ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਸਹੀ ਉੱਤਰ ਹੈ ਮਹੇ অপਸ਼ਨ A ਰਾਸ਼ਟਰੀ ਪਾਰਕ ਫੁੱਲਾਂ ਦੀ ਘਾਟੀ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਵਿੱਚ ਹੈ ਸਹੀ ਉੱਤਰ ਹੋ ਜਾਏਗਾ ਉੱਤਰਾਖੰਡ ਆਪਸ਼ਨ ਏ ਅਬਹੋਰ ਵਾਈਲਡ ਲਾਈਫ ਸੈਂਚੂਰੀ ਕਿਸ ਰਾਜ ਵਿੱਚ ਹੈ ਪੰਜਾਬ ਇਸ ਦਾ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਡੀ ਜਮੇਰਾ ਡੈਮ ਕਿਹੜੇ ਰਾਜ ਕੇਂਦਰ ਸ਼ਾਸਿਤ ਪਰਦੇਸ਼ ਵਿੱਚ ਸਥਿਤ ਹੈ ਸਹੀ ਉੱਤਰ ਹੈ ਹਿਮਾਚਲ ਪ੍ਰਦੇਸ਼ ਨੈਕਸਟ ਕੁਐਸਚਨ ਹੈ ਹੇਠ ਲਿਖਿਆ ਵਿੱਚੋਂ ਗੋਆ ਦੀ ਰਾਜਧਾਨੀ ਕਿਹੜੀ ਹੈ ਸਹੀ ਉੱਤਰ ਹੋ ਜਾਏਗਾ ਪਣਜੀ অপਸ਼ਨ ਏ ਨੈਕਸਟ ਕੁਐਸਚਨ ਨਿਮਨ ਲਿਖਤ ਵਿੱਚੋਂ ਕਿਹੜੀ ਇੱਕ ਟ੍ਰਾਸ ਹਿਮਾਲੀਅਨ ਨਦੀ ਹੈ ਰਾਈਟ ਆਨਸਰ ਹੋ ਜਾਏਗਾ ਸਿੰਧ অপশন সি নিমਲਿਖਤ ਵਿਚੋ ਕਿਹੜਾ ਗੋਲਾਰ ਭਾਰਤ ਵਿਚ ਸਥਿਤ ਹੈ ਉੱਤਰੀ ਅਤੇ ਪੂਰਬੀ অপਸ਼ਨ ਏ ਰਾਈਟ ਆਨਸਰ ਹੋ ਜਾਏਗਾ নিমਲਿਖਤ ਵਿਚੋ ਕਿਹੜੇ ਰਾਜ ਦਾ ਸਭ ਤੋਂ ਜ਼ਿਆਦਾ ਰਹਿਨਖੁੰਦਵ ਵਾਲਾ ਹੇਠਲਾ ਕਿਤਰ ਹੈ ਰਾਈਟ ਆਨਸਰ ਰਾਜਸਥਾਨ অপਸ਼ਨ ਏ ਭਾਰਤ ਦਾ ਕਿਹੜਾ ਖੇਤਰ ਰਾਈਸ ਬੋਲ ਆਫ ਇੰਡੀਆ ਵਜੋਂ ਜਾਣਿਆ ਜਾਂਦਾ ਹੈ? ਕ੍ਰਿਸ਼ਨਾ ਗੋਤਾਬਰੀ ਡੈਲਟਾ ਖੇਤਰ অপਸ਼ਨ ਬੀ ਰਾਈਟ ਆਨਸਰ ਹੋ ਜੇਗਾ। ਭਾਰਤ ਵਿੱਚ ਸਭ ਤੋਂ ਜ਼ਿਆਦਾ ਪੂਰਬ ਦਿਸ਼ਾ ਵਿੱਚ ਆਉਣ ਵਾਲਾ ਕਿਹੜਾ ਰਾਜ ਹੈ? ਰਾਈਟ ਆਨਸਰ ਹੈ ਅਰੁਣਾਚਲ ਪ੍ਰਦੇਸ਼ অপਸ਼ਨ ਸੀ ਕਿਹੜਾ ਵਾਟਰ ਬੋਡੀ ਅੰਡੇਮਾਨ ਅਤੇ ਨਿਕੋਬਰ ਟਾਪੂ ਨੂੰ ਵੱਖ ਕਰਦਾ ਹੈ? ਰਾਈਟ ਆਨਸਰ 10 ਡਿਗਰੀ ਚੈਨਲ। ਹੇਠ ਲਿਖਿਆਂ ਵਿੱਚੋਂ ਕਿਹੜਾ ਹਿੱਸਾ ਭਾਰਤ ਦਾ ਸੋਕੇ ਵਿੱਚ ਹੈ? ਸਹੀ ਉੱਤਰ ਹੈ ਜੈਸਲਮੇਰ, ਪੱਛਮੀ ਰਾਜਸਥਾਨ। অপਸ਼ਨ A. ਨੈਕਸਟ ਕੁਐਸਚਨ ਰੇਲਵੇ ਦੀ ਯਾਤਰਾ ਵਾਲੇ ਕੋਚ ਹੇਠ ਦਿੱਤੇ ਕਿਸ ਰਾਜ ਵਿੱਚ ਬਣਦੇ ਹਨ? ਰਾਈਟ ਆਨਸਰ ਹੈ ਪਰੰਬਰ অপਸ਼ਨ ਹੈ ਸੀ ਕੁੱਲੂ ਘਾਟ ਇਹਨਾਂ ਵਿੱਚੋਂ ਕਿਸ ਦੇ ਵਿਚਕਾਰ ਸਥਿਤ ਹੈ ਕੁੱਲੂ ਘਾਟ ਕਿਸ ਦੇ ਵਿਚ ਸਥਿਤ ਹੈ ਢੋਲਧਾਰ ਅਤੇ ਪੀਰ ਪੰਚਾਲ অপਸ਼ਨ ਡੀ ਰਾਈਟ ਆਨਸਰ ਹੈ ਭਾਰਤੀ ਖੇਤਰ ਵਿੱਚ ਦੋ ਜਵਾਲਾਮੁਖੀ ਟਾਪੂ ਹੇਠ ਲਿਖਿਆਂ ਵਿੱਚੋਂ ਕਿਹੜੇ ਹਨ ਪਾਂਬਨ ਅਤੇ ਬੈਰਨ ਬੈਰਨ অপਸ਼ਨ ਸੀ ਰਾਈਟ ਆਨਸਰ ਹੋ ਜਾਏਗਾ ਇਹਨਾਂ ਵਿੱਚੋਂ ਕਿਹੜਾ ਦੇਸ਼ ਨਾਲ ਭਾਰਤ ਦੀ ਸਭ ਤੋਂ ਲੰਬੀ ਅੰਤਰਰਾਸ਼ਟਰੀ ਸੀਮਾ ਲੱਗਦੀ ਹੈ ਰਾਈਟ ਆਨਸਰ ਹੋ ਜਾਏਗਾ ਬੰਗਲਾਦੇਸ਼ অপਸ਼ਨ ਏ Goa ਟੇ ਕਿਸ ਨਦੀ ਦੇ ਕੰਢੇ ਉੱਤੇ ਸਥਿਤ ਹੈ ਰਾਈਟ ਆਨਸਰ ਹੈ ਬ੍ਰह्मਪੁੱਤਰ অপਸ਼ਨ ਬੀ ਹਿਮਾਲਿਆ ਦੀ ਸਭ ਤੋਂ ਹਿਮਾਲਿਆ ਦੀ ਉੱਤਰੀ ਸਬ ਰੇਂਜ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ ਰਾਈਟ ਆਨਸਰ ਹੈ ਈਮਾਦਰੀ অপਸ਼ਨ ਏ इन विचों के भारत की सब तो उची चोटी है सही उत्तर है कंचन जंगा ऑप्शन बी कांगड़ा तो कुल्लू घाटी कितने स्थित है सही उत्तर है हिमाचल प्रदेश ऑप्शन सी हेट लिख्या नौजवान पहाड़ी है राइट आंसर है हिमालया। ऑप्शन सी माजुली किस नदी नदीकार स्थित एक दरियाई टापू है राइट right आंसर है ब्रह्मपुत्र ऑप्शन बी दुधबा नेशनल पार्क किस राज्य स्थित है राइट right आंसर हो जाएगा उत्तर प्रदेश ऑप्शन बी निम्नलिखित ਵਿੱਚੋਂ ਕਿਸ ਨੂੰ ਭਾਰਤ ਦੇ ਉਤਰੀ ਸਰਹੱਦ ਪ੍ਰਭਾਸ਼ਿਤ ਕੀਤਾ ਗਿਆ ਹੈ ਭਾਰਤ ਦਾ ਉਤਰੀ ਸਰਹੱਦ ਕਿਸ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ ਰਾਈਟ ਆਨਸਰ ਹੈ ਹਿਮਾਲਿਆ ਪਰਬਤ ਲੜੀ অপਸ਼ਨ A ਪੂਰਬੀ ਘਾਟ ਵਿੱਚ ਸਭ ਤੋਂ ਉੱਚੀ ਚੋਟੀ ਕਿਹੜੀ ਹੈ ਰਾਈਟ ਆਨਸਰ ਹੋ ਜਾਏਗਾ ਮਹਿੰਦਰ ਗਿਰੀ অপਸ਼ਨ D ਭਗਵਾ ਕਾਸਟ ਲਈ ਮਸ਼ਹੂਰ ਜੰਮੂ ਅਤੇ ਕਸ਼ਮੀਰ ਵਿੱਚ ਨਿਮਨਲਿਖਤ ਵਿੱਚੋਂ ਕਿਹੜਾ ਸਥਾਨ ਹੈ ਰਾਈਟ ਆਨਸਰ ਹੈ ਪੰਪੋਰ অপਸ਼ਨ A ਪੱਛਮੀ ਤੱਟ ਦੇ ਉੱਤਰੀ ਹਿੱਸੇ ਨੂੰ ਕੀ ਕਹਿੰਦੇ ਹਨ ਸਹੀ ਉੱਤਰ ਹੋ ਜਾਏਗਾ ਕੋਕਣ অপਸ਼ਨ A ਨਿਮਨਲਿਖਤ ਵਿੱਚੋਂ ਕਿਹੜਾ ਖੇਤਰ ਸਰਦੀਆਂ ਦੀ ਗੜਬੜੀ ਕਾਰਨ ਬਾਰਿਸ਼ ਹੁੰਦੀ ਹੈ ਕਿਹੜੇ ਖੇਤਰ ਵਿੱਚ ਕਿਸ ਖੇਤਰ ਵਿੱਚ ਸਰਦੀਆਂ ਦੀ ਗੜਬੜੀ ਕਾਰਨ ਬਾਰਿਸ਼ ਹੁੰਦੀ ਹੈ ਪੰਜਾਬ ਦੇ ਵਿੱਚ ਚਿਲਕਾ ਚੀਲ ਕਿਸ ਰਾਜ ਵਿੱਚ ਹੈ ਰਾਈਟ ਆਨਸਰ ਹੋ ਜਾਏਗਾ ਓਡੀਸ਼ਾ ਆਪਸ਼ਨ ਸੀ ਤਿੰਨ ਪਾਸੇ ਸਮੁੰਦਰ ਨਾਲ ਕਿਰਿਆ ਇੱਕ ਲੈਂਡਮਾਰਕ ਕਿਸ ਨਾਮ ਬਜੋ ਜਾਣਿਆ ਜਾਂਦਾ ਹੈ ਰਾਈਟ ਆਨਸਰ ਹੈ ਪ੍ਰਾਇਦੀਪ অপਸ਼ਨ ਬੀ ਨੈਕਸਟ ਕੁਐਸਚਨ ਦੂਸਰੇ ਪਾਸੇ ਪਹੁੰਚ ਪ੍ਰਦਾਨ ਕਰਨ ਵਾਲੀ ਇੱਕ ਪ੍ਰਾਣੀ ਪਹਾੜੀ ਸ਼੍ਰੇਣੀ ਵਿੱਚ ਇੱਕ ਤੰਗ ਪਾੜਾ ਜਿਸ ਨੂੰ ਕੀ ਕਹਿੰਦੇ ਹਨ ਰਾਈਟ ਆਨਸਰ ਹੋ ਜਾਏਗਾ ਪਾਸ অপਸ਼ਨ ਬੀ ਨੈਕਸਟ ਕੁਐਸਚਨ ਹੈ ਗੋਆ ਦੇ ਦੱਖਣ ਵਿੱਚ ਪੱਛਮੀ ਤੱਟ ਵਰਤੀ ਪੱਟੀ ਨੂੰ ਕੀ ਕਿਹਾ ਜਾਂਦਾ ਹੈ? ਰਾਈਟ ਆਨਸਰ ਹੈ ਕੰਨੜ অপਸ਼ਨ B ਨੈਕਸਟ ਕੁਐਸਚਨ ਹੈ ਪੂਰਬੀ ਘਾਟ ਦੇ ਦੱਖਣ ਪੂਰਬ ਵਿੱਚ ਕਿਹੜੀਆਂ ਦੋ ਪਹਾੜੀਆਂ ਸਥਿਤ ਹਨ? ਰਾਈਟ ਆਨਸਰ ਹੈ ਜਾਬਦੀ ਪਹਾੜੀਆਂ ਤੇ ਸ਼ਿਬਰੋਈ ਪਹਾੜੀਆਂ অপਸ਼ਨ B ਛੋਟਾ ਹਿਮਾਲਿਆ ਅਤੇ ਸ਼ਿਵਾਲਿਕ ਦੇ ਵਿਚਕਾਰ ਪਈਆਂ ਲੰਬੀਆਂ ਘਾਟੀਆਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਰਾਈਟ ਆਨਸਰ ਹੈ ਆਪਸ਼ਨ ਡੀ ਦੁੰਨਸ ਜੋ ਇਹ ਮੋਸਟ ਇੰਪੋਰਟੈਂਟ ਕੁਐਸਚਨ ਸੀ ਠੀਕ ਹੈ ਅੱਗੇ ਮੈਂ ਹੋਰ ਵੀ ਵੀਡੀਓਜ਼ ਲੈ ਕੇ ਆਉਂਗਾ ਠੀਕ ਹੈ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਇਸੇ ਤਰ੍ਹਾਂ ਤਿਆਰੀ ਕਰਦੇ ਰਹੋ ਧੰਨਵਾਦ